ਸ਼੍ਰੀਕਾਲ ਤੁਸੀਂ ਵੇਖ ਰਹੇ ਹੋ ਦ ਸਿਟੀ ਹੈਡਲਾਈਨਸ ਤੇ ਮੈਂ ਹਾਂ ਤੁਹਾਡੇ ਨਾਲ ਕਲਪਨਾ ਮੌਰਿਆ। ਪੰਜਾਬ ਦੇ ਵਿੱਚ ਬਣੀ ਨਵੀਂ ਸਰਕਾਰ, ਆਮ ਆਦਮੀ ਪਾਰਟੀ ਦੀ ਸਰਕਾਰ ਤੇ ਨਵੇਂ ਬਣੇ ਮੁੱਖ ਮੰਤਰੀ ਭਗਵੰਤ ਮਾਨ ਲਗਾਤਾਰ ਐਕਸ਼ਨ ਮੋਡ ਦੇ ਵਿੱਚ ਨਜ਼ਰ ਆ ਰਹੇ ਨੇ। ਵੱਖ-ਵੱਖ ਫੈਸਲੇ ਪੰਜਾਬ ਦੀ ਜਨਤਾ ਵਾਸਤੇ ਲਿੱਤੇ ਜਾ ਰਹੇ ਨੇ ਤੇ ਹਾਲ ਦੇ ਵਿੱਚ ਇੱਕ ਹੋਰ ਜਿਹੜਾ ਹੈ ਵੱਡਾ ਅਹਿਮ ਫੈਸਲਾ ਉਹਨਾਂ ਵੱਲੋਂ ਜੋ ਲਿੱਤਾ ਗਿਆ ਹੈ ਆਮ ਜਨਤਾ ਦੀ ਸਹੂਲਤ ਬਾਰੇ ਸੋਚਦੇ ਹੋਏ ਤੇ ਉਸ ਦੇ ਨਾਲ ਹੀ ਇਲੀਗਲ ਮਾਈਨਿੰਗ ਤੇ ਜਿਹੜਾ ਨੱਥ ਪਾਉਣ ਦੇ ਲਈ ਉਹਨਾਂ ਤੇ ਜਿਹੜਾ ਨੱਥ ਪਾਉਣ ਦੇ ਲਈ ਮਾਨ ਸਰਕਾਰ ਨੇ ਹੁਣ ਜਿਹੜਾ ਇੱਕ ਅਹਿਮ ਕਦਮ ਚੁੱਕਿਆ ਹੈ। ਜਿਸ ਤਰੀਕੇ ਨਾਲ ਇਲੀਗਲ ਮਾਈਨਿੰਗ ਨੂੰ ਰੋਕਣ ਦੇ ਲਈ ਉਹਨਾਂ ਵੱਲੋਂ ਇੱਕ ਕਦਮ ਚੁੱਕਿਆ ਗਿਆ ਹੈ, ਕਿਉਂਕਿ ਪੰਜਾਬ ਦੇ ਵਿੱਚ ਕਾਫੀ ਥਾਵਾਂ ਤੇ ਕਈ ਵਾਰੀ ਇਹੋ ਜਿਹੇ ਮਾਮਲੇ ਸਾਹਮਣੇ ਆਉਂਦੇ ਸਨ ਕਿ ਇਲੀਗਲ ਮਾਈਨਿੰਗ ਕੀਤੀ ਜਾਂਦੀ ਹੈ ਤੇ ਉਸ ਤੇ ਨੱਥ ਪਾਉਣ ਦੇ ਲਈ ਉਸ ਨੂੰ ਰੋਕਣ ਦੇ ਲਈ ਜਿਹੜਾ ਹੁਣ ਇਹ ਕਦਮ ਚੁੱਕਿਆ ਗਿਆ ਹੈ ਉਹਨਾਂ ਵੱਲੋਂ। ਹੁਣ ਜਿਹੜਾ ਨਵੀਂ ਸਰਕਾਰ ਵੱਲੋਂ ਨਵੇਂ ਬਣੇ ਸੀਐਮ ਭਗਵੰਤ ਮਾਨ ਵੱਲੋਂ ਜਿਹੜਾ ਟੋਲ ਫਰੀ ਨੰਬਰ ਜਾਰੀ ਕਰ ਦਿੱਤਾ ਹੈ। ਨੰਬਰ ਜਿਹੜਾ 1800180242 ਇਹ ਜਿਹੜਾ ਹੈਲਪਲਾਈਨ ਨੰਬਰ ਜਾਰੀ ਕੀਤਾ ਹੈ। ਇਸ ਟੋਲ ਫਰੀ ਨੰਬਰ ਤੇ ਕਿਸੇ ਵੀ ਤਰੀਕੇ ਨਾਲ ਜੇਕਰ ਕੋਈ ਖਾਨ ਅਤੇ ਮਾਈਨਿੰਗ ਵਿਭਾਗ ਨਾਲ ਸੰਬੰਧਿਤ ਕੋਈ ਵੀ ਸ਼ਿਕਾਇਤ ਹੈ ਤੇ ਕੋਈ ਵੀ ਆਮ ਵਿਅਕਤੀ ਇਸ ਟੋਲ ਫਰੀ ਨੰਬਰ ਤੇ ਭੇਜ ਸਕਦਾ, ਯਾਨੀ ਜਾਣਕਾਰੀ ਦੇ ਸਕਦਾ ਹੈ। ਜੇਕਰ ਤੁਹਾਨੂੰ ਵੀ ਕਿਤੋਂ ਇਹ ਜਾਣਕਾਰੀ ਮਿਲਦੀ ਹੈ ਕਿਸੇ ਵੀ ਥਾਂ ਤੇ ਇਸ ਤਰੀਕੇ ਨਾਲ ਇਲੀਗਲ ਮਾਈਨਿੰਗ ਹੋ ਰਹੀ ਹੈ ਤੇ ਉਸ ਦੀ ਤੁਸੀਂ ਜਾਣਕਾਰੀ ਇਸ ਨੰਬਰ ਤੇ ਭੇਜ ਸਕਦੇ ਹੋ। ਵਿਸ਼ੇਸ਼ ਜਿਹੜਾ ਇਹ ਟੋਲ ਫਰੀ ਨੰਬਰ ਭਗਵੰਤ ਮਾਨ ਦੀ ਜਿਹੜੀ ਸਰਕਾਰ ਵੱਲੋਂ ਜਾਰੀ ਕੀਤਾ ਹੈ, ਨਵੇਂ ਬਣੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਾਰੀ ਕੀਤਾ ਹੈ। ਮੁੱਖ ਮੰਤਵ ਇਹੀ ਹੈ ਕਿ ਹੁਣ ਜਿਹੜਾ ਇਲੀਗਲ ਮਾਈਨਿੰਗ ਨੂੰ ਵੀ ਪੰਜਾਬ ਦੇ ਵਿੱਚ ਰੋਕਿਆ ਜਾ ਸਕੇ, ਉਸ ਤੇ ਨੱਥ ਪਾਈ ਜਾ ਸਕੇ, ਕਿਸੇ ਵੀ ਤਰੀਕੇ ਨਾਲ ਜਿਹੜਾ ਇਸ ਮਾਫੀਆ ਨੂੰ ਖਤਮ ਕਰਨ ਦੇ ਲਈ, ਇਲੀਗਲ ਮਾਈਨਿੰਗ ਦੀ ਮਾਫੀਆ ਨੂੰ ਖਤਮ ਕਰਨ ਦੇ ਲਈ ਜਿਹੜਾ ਇਹ ਕਦਮ ਚੁੱਕਿਆ ਗਿਆ। ਟੋਲ ਫਰੀ ਨੰਬਰ ਜਿਹੜਾ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਜਾਰੀ ਕੀਤਾ ਜਾ ਚੁੱਕਿਆ ਤੇ ਗੱਲ ਹੋ ਰਹੀ ਹੈ ਕਿ ਕਿਸੇ ਵੀ ਤਰੀਕੇ ਨਾਲ ਖਾਨ ਅਤੇ ਮਾਈਨਿੰਗ ਵਿਭਾਗ ਨਾਲ ਸੰਬੰਧਿਤ ਕੋਈ ਵੀ ਸ਼ਿਕਾਇਤ ਹੈ ਤੇ ਇਸ ਨੰਬਰ ਤੇ 1800180242 ਇਸ ਨੰਬਰ ਤੇ ਜਿਹੜਾ ਸ਼ਿਕਾਇਤ ਭੇਜ ਸਕਦਾ ਹੈ, ਯਾਨੀ ਕਿ ਇਸ ਨੰਬਰ ਤੇ ਜਾਣਕਾਰੀ ਦਿੱਤੀ ਜਾ ਸਕਦੀ ਹੈ। ਉਸ ਤੋਂ ਬਾਅਦ ਉਸ ਤੇ ਐਕਸ਼ਨ ਵੀ ਲਿੱਤਾ ਜਾਵੇਗਾ, ਉਸ ਤੇ ਜੋ ਵੀ ਬਣਦੀ ਕਾਰਵਾਈ ਹੋਏਗੀ ਉਹ ਕੀਤੀ ਜਾਵੇਗੀ। ਇਹ ਤਮਾਮ ਚੀਜ਼ਾਂ ਨੂੰ ਲੈ ਕੇ ਹੁਣ ਪੰਜਾਬ ਦੇ ਵਿੱਚ ਮਾਈਨਿੰਗ ਮਾਫੀਆ ਨੂੰ ਨੱਥ ਪਾਉਣ ਦੇ ਲਈ ਮਾਨ ਸਰਕਾਰ ਨੇ ਇੱਕ ਹੋਰ ਕਦਮ ਚੁੱਕਿਆ ਹੈ। ਵਿਸ਼ੇਸ਼ ਟੋਲ ਫਰੀ ਨੰਬਰ ਜਾਰੀ ਕਰ ਦਿੱਤਾ ਗਿਆ ਤਾਂ ਜੋ ਇਸ ਇਲੀਗਲ ਮਾਈਨਿੰਗ ਨੂੰ ਵੀ ਜਿਹੜਾ ਹੈ ਪੰਜਾਬ ਤੋਂ ਖਤਮ ਕੀਤਾ ਜਾ ਸਕੇ।